ਅੱਜ ਚੱਲੇ ਹਾਂ ਹਾਰਟਲੈਂਡ ਸੈਂਟਰ, ਉੱਥੇ ਅਸੀਂ ਕਰਨੀ ਆ ਸ਼ਾਪਿੰਗ। ਅਤੇ ਅੱਜ ਸਾਡੀ ਬਾਰਿਸ਼ ਦਾ ਸੀਜ਼ਨ, ਬਹੁਤ ਮੀਂਹ ਪੈ ਰਿਹਾ, ਮੀਂਹੋ ਮੀਂਹ ਹੋਈ ਪਈ ਆ ਸੜਕਾਂ। ਆਪਾਂ ਟਰੈਵਲ ਕਰਾਂਗੇ ਟੋਰੋਂਟੋ ਦੀ ਬੱਸ, ਪਬਲਿਕ ਬੱਸ। ਰਸਤਾ ਬੱਸ ਦੇ ਥਰੂ ਟਰੈਵਲ ਕਰਕੇ ਹੁਣ ਆਪਾਂ ਮੇਰੀ ਦੀਦੀ ਦੇ ਫਰੈਂਡ ਦੇ ਨਾਲ ਚੱਲੇ ਹਾਂ ਅੱਗੇ ਸ਼ੋਪਿੰਗ ਕਰਨ। ਅਤੇ ਇਹ ਆ ਹਾਰਟਲੈਂਡ ਸੋਰਟ ਆਫ ਸ਼ੋਪਿੰਗ ਮਾਲ ਆ ਇੱਥੇ। ਹੁਣ ਆਪਾਂ ਆ ਗਏ ਹਾਂ ਅੱਜ ਹਾਰਟਲੈਂਡ, ਅਤੇ ਇੱਥੇ ਸਿਰਫ ਆਹੀ ਸੀ ਕੈਬ ਦੇ ਸਟੋਰ 'ਚ ਮੰਗਵਾਲੇ 'ਤੇ, ਅਤੇ ਮੈਨੂੰ ਪੂਰੇ ਅਤੇ ਲੈ ਕੇ ਹਾਂ ਆਪਾਂ ਚੱਲੇ ਐਡੀਡਾਸ ਸ਼ੂਜ਼ ਅਤੇ ਹਾਰਟਲੈਂਡ ਸਟੋਰ ਦਾ ਇੱਥੇ ਲਾਈਕ ਹਰ ਤਰ੍ਹਾਂ ਦੀ ਸ਼ੋਪਿੰਗ ਸ਼ੋਪ। ਸਾਰੇ ਕੰਮ ਕਰਕੇ ਹੁਣ ਆਪਾਂ ਲਾਸਟ ਆਇਆ ਸੀਗੇ, ਅਤੇ ਹੋਪਫੁਲੀ ਇੱਥੇ ਖਤਮ ਕਰਕੇ ਹੁਣ ਆਪਾਂ ਲਾਸਟ ਬਸ ਘਰ ਜਾਵਾਂਗੇ। ਇਹ ਸਿਸਟਰ ਦੀ ਬੈਸਟ ਪਲੇਸ ਆ ਸ਼ੋਪ ਕਰਨ। ਜਿੱਦਾਂ ਮੈਂ ਟੋਰੋਂਟੋ ਆਈ ਸੀ ਮੈਂ ਸਟਰੀਟ ਫੂਡ ਬਹੁਤ ਬਹੁਤ ਮਿਸ ਕਰ ਰਹੀ ਸੀਗੀ, ਸੋ ਹੁਣ ਆਪਾਂ ਇਸ ਤੋਂ ਬਾਅਦ ਚੱਲੇ ਹਾਂ ਚਾਵਲਾ ਦੇ। ਇਹ ਦੀਦੀ ਦੇ ਅਕੋਰਡਿੰਗ ਇੱਥੇ ਦੀ ਬੈਸਟ ਪਲੇਸ ਆ ਇੰਡੀਅਨ ਫੂਡ ਟਰਾਈ ਕਰਨ ਲਈ। ਅਤੇ ਆਪਾਂ ਇਹ ਮੈਨਿਊ ਸੀਗਾ ਇਹਨਾਂ ਦਾ, ਐਂਡ ਮੈਂ ਔਡਰ ਕੀਤੇ ਮੋਮੋਸ ਅਫਕੋਰਸ, ਬਿਕੋਜ਼ ਉਹੀ ਇੱਕ ਸੀ ਜੋ ਮੈਨੂੰ ਸਭ ਤੋਂ ਵੱਧ ਜਿਹਦੀ ਯਾਦ ਆ ਰਹੀ ਸੀ। ਇਹ ਨੇਗੇ ਤੰਦੂਰੀ ਮੋਮੋਸ, ਐਂਡ ਇਹਦੇ ਨਾਲ ਦੀਦੀ ਨੇ ਕੁਛ ਔਡਰ ਕੀਤਾ ਨੂਡਲਸ ਸੀਗੀਆਂ। ਕਿਆ ਹੈ ਇਹ? ਰੋਇਲ ਫੀਲਡ ਹੈ, ਰੋਇਲ ਫੀਲਡ।